ਮੁੱਖ ਕਾਰਨ ਇਹ ਹੈਗਾ ਜੀ ਕਿ ਪੰਜਾਬ ਦੀ ਜਨਤਾ ਨੇ ਪੰਜਾਬ ਦੇ ਸਰਕਾਰਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਨੂੰ ਮੋਹਰ ਲਗਾ ਦਿੱਤੀ ਹੈ। ਉਹਨਾਂ ਨੇ ਦੱਸ ਦਿੱਤਾ ਪੰਜਾਬ ਜਨਤਾ ਨੇ ਕਿ ਅਸੀਂ ਮਾਨ ਸਾਹਿਬ ਦੇ ਨਾਲ ਖੜੇ ਹਾਂ, ਜਿਹੜੇ ਉਹਨਾਂ ਨੇ ਕੰਮ ਕੀਤੇ ਨੇ ਪੰਜਾਬ ਦੀ ਬਿਹਤਰੀ ਲਈ ਔਰ ਉਹਨਾਂ ਨੂੰ ਜਿਹੜੀਆਂ ਵੋਟਾਂ ਪਈਆਂ। ਫਿਲਹਾਲ ਨਹੀਂ ਹੋਏਗੀ, ਜਸ਼ਨ ਦੀ ਕੀ ਤਿਆਰੀ ਹੈ ਸਰ? ਜਸ਼ਨ ਦੀ ਤਿਆਰੀ ਇੱਥੋਂ ਇਕੱਠੇ ਹੋ ਕੇ ਜਾਵਾਂਗੇ, ਵਰਕਰ ਨਾਲ ਸਾਰੇ ਆਏ ਇੱਥੇ ਬਾਹਰ ਆਣਗੇ। ਦੇਖੋ ਸਮੇਂ ਸਮੇਂ ਦੀ ਗੱਲ, ਜਨਤਾ ਹਰ ਵੇਲੇ ਆਪਣਾ ਆਪਣਾ, ਦੇਖੋ ਸਮੇਂ ਪਹਿਲੇ ਲੋਕ ਸਭਾ ਦੇ ਇਲੈਕਸ਼ਨ ਖੁੱਲ ਕੇ ਬੋਲੋ, ਅੱਜ ਖੁੱਲ ਕੇ ਬੋਲੋ, ਏਡਾ ਵੱਡਾ ਮੈਂਡੇਟ ਮਿਲਿਆ। ਹਾਂ ਬਿਲਕੁਲ ਠੀਕ, ਜਨਤਾ ਨੇ ਜਿਹੜਾ ਹੈਗਾ ਬੜਾ ਅੱਛਾ ਰਿਸਪੌਂਸ ਦਿੱਤਾ ਹੈਗਾ। ਖਾਸ ਤੌਰ ਤੇ ਕੈਬਨਿਟ ਮੰਤਰੀ ਤੁਹਾਨੂੰ ਕਹਿ ਦਿੱਤਾ ਗਿਆ ਸੀ, ਤਾਂ ਮੰਨ ਲਈਏ ਕਿ ਅੰਦਰ ਗਏ ਸੀ ਤਾਂ ਉਮੀਦਵਾਰ ਸੀ, ਬਾਹਰ ਆਏ ਹੋ ਤਾਂ ਕਿ ਕੈਬਨਿਟ ਮੰਤਰੀ ਬਾਹਰ ਆ ਰਿਹਾ। ਸੀਐਮ ਸਾਹਿਬ ਲੋਕਾਂ ਨਾਲ ਵਾਅਦਾ ਕਰਕੇ ਗਏ ਨੇ ਪੱਛਮੀ ਦੇ ਹਲਕੇ, ਤੁਸੀਂ ਵਿਧਾਇਕ ਬਣਾਓ, ਮੈਨੂੰ ਪਤਾ ਕਿ ਮਾਨ ਸਾਹਿਬ ਜੋ ਵਾਅਦਾ ਕਰਦੇ ਨੇ ਪੂਰਾ ਕਰਦੇ ਨੇ। ਅੱਛਾ ਭਗਤ ਜੀ, ਲੱਗਦਾ ਨੀ ਕਿ ਹੁਣ ਅਗਲੇ 2.5 ਸਾਲਾਂ ਦੇ ਵਿੱਚ 5 ਸਾਲ ਦੇ ਕੰਮ ਕਰਨ ਹੋਣਗੇ, ਕਿਉਂਕਿ ਸਾਥੀ ਨੇ ਤਾਂ ਕਰਾ ਲੈਣੇ ਤਾਂ ਕੀਤੇ ਨੇ, ਜੋ ਵਾਅਦੇ ਕੀਤੇ ਨੇ ਕੰਮ ਕਰਾਂਗੇ, ਜ਼ਰੂਰ ਕਰਾਂਗੇ, ਕਿਉਂਕਿ ਅਸੀਂ ਸਾਨੂੰ ਜਨਤਾ ਨੇ ਚੁਣਿਆ ਹੈ ਅਗਰ ਤੇ ਅਸੀਂ ਉਹਨਾਂ ਦੇ ਪ੍ਰਾਇਓਰਿਟੀ ਕੀ ਰਹਿਣ ਵਾਲੀ ਇੱਕ ਵਾਰੀ ਕੈਮਰੇ ਸਾਹਮਣੇ ਦੱਸ ਦਿਓ। ਜਿਹੜੇ ਲੋਕਾਂ ਦੇ ਮੁੱਢਲੀਆਂ ਲੋੜਾਂ ਹੈਗੀਆਂ, ਸੀਵਰੇਜ, ਵਾਟਰ ਸਪਲਾਈ, ਸਟਰੀਟ ਲਾਈਟ ਜਿਹੜੀ ਹੈਗੀਆਂ ਉਹ ਆਪਾਂ ਦੂਰ ਕਰਾਂਗੇ। ਜਿਹੜੇ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਹੈਗੀਆਂ, ਨਸ਼ੇ ਦਾ ਮੁੱਦਾ ਅਹਿਮ ਮੁੱਦਾ ਸੀ, ਉਸ ਨੂੰ ਡਾਇਰੈਕਟ ਸਿੱਟੇ ਦਾ ਮੁੱਦਾ ਤੁਸੀਂ ਬਹੁਤ ਕੁਪੀ ਚੱਕਿਆ, ਅਹਿਮ ਮੁੱਦਾ ਤਾਂ ਹੈ ਗਈ ਹੈ, ਉਹ ਹੈਗਾ ਹੀ, ਉਹਨੂੰ ਖਤਮ ਕਰਨਾ ਸਾਡਾ ਪਹਿਲਾ ਕੰਮ ਹੋਏਗਾ। ਨਸ਼ਾ ਹੁਣ ਤੇ ਰਿਜ਼ਲਟ ਆ ਗਿਆ ਜੀ, 30,000 ਪਲੱਸ ਲੀਡ ਕਰਾਂਗੇ ਜੀ ਹੁਣ ਆਪਾਂ। ਲੱਗਦਾ ਕਿ ਲੋਕਾਂ ਦਾ ਫਤਵਾ ਵਾ ਜਿਹੜਾ? ਹਾਂਜੀ ਸਰ, ਲੋਕਾਂ ਦਾ ਫਤਵਾ ਹੈ ਜੀ, 2 ਸਾਲ ਲੋਕਾਂ ਨੇ ਬੜਾ ਸੰਤਾਪ ਝੇਲਿਆ, ਇਹ ਹੁਣ ਜਲੰਧਰ ਵੈਸਟ ਨੂੰ ਆਪਾਂ ਬਿਹਤਰ ਬਣਾਉਣਾ ਹੈ, ਇੱਧਰ ਜੂਆ ਮਾਫੀਆ ਨੇ ਬਹੁਤ ਗੰਦ ਪਾਇਆ ਸੀ, ਹੁਣ ਆਪਾਂ ਉਹ ਸਾਰਾ ਸਹੀ ਕਰਨਾ। ਲੋਕਾਂ ਦੇ ਵਿੱਚ ਵਿਚਰਦੇ ਸੀ, ਲੋਕਾਂ ਦੀਆਂ ਕਿਹੜੀਆਂ ਨੀਡ ਹੈਗੀਆਂ ਜੀ? ਸਰ ਲੋਕਾਂ ਦੀ ਨੀਡ ਹੈਗੀਆਂ ਜੀ ਸਾਫ਼ ਸੀਵਰੇਜ, ਜੋ ਸੀਵਰੇਜ ਸਹੀ ਸਿਸਟਮ ਹੋਵੇ, ਨਸ਼ਾ ਜੋ ਬੰਦ ਹੋਵੇ, ਇਹੀ ਮੇਨ ਹੈਗਾ ਜੀ ਲੋਕਾਂ ਦੀ ਬੇਸਿਕ ਡਿਮਾਂਡ ਹੈ ਜੀ, ਜੋ ਕਿ ਹਰ ਬੰਦਾ ਚਾਹੁੰਦਾ ਜੀ। ਸੀਵਰ ਤੋਂ ਬੜਾ ਕਹਿੰਦੇ ਸੀਵਰੇਜ ਦਾ ਹੈਗਾ ਖਲਾਰਾ, ਕਿਉਂਕਿ ਮੇਰੇ ਦਾਦਾ ਜੀ ਦੇ ਟਾਈਮ ਦੇ ਵਿੱਚ ਸਭ ਠੀਕ ਸੀ, ਪਿਛਲੇ 7 ਸਾਲਾਂ ਦੇ ਵਿੱਚ ਬਹੁਤ ਵੈਸਟ ਦੇ ਵਿੱਚ ਬਹੁਤ ਖਰਾਬੀ ਹੋਈ ਹੈ। ਬੀਜੇਪੀ ਦੇ ਕੈਂਡੀਡੇਟ ਕਹਿੰਦੇ ਕੋਈ ਹਾਰ ਕੋਈ ਜਿੱਤ, ਲੋਕਾਂ ਦਾ ਫਤਵਾ ਵਾ ਉਹ ਮੰਨਣ ਦੇ ਪਏ ਹੋਣਾ? ਸਰ ਫਤਵਾ ਹੈ ਲੋਕਾਂ ਦਾ, ਉਹਨਾਂ ਨੂੰ ਲੱਗਣਾ ਪਤਾ ਜਦੋਂ ਘਰ ਵੇਲੇ ਬਹਿਣਗੇ ਇਹਨਾਂ ਨੂੰ ਲੱਗੂਗਾ ਪਤਾ ਕਿ ਕੀ ਚੀਜ਼ ਹੁੰਦੀ, ਕਿਉਂਕਿ ਇਹਨਾਂ ਦੀ ਰੋਜੀ ਰੋਟੀ ਸੀ, ਹੈ ਵਿਧਾਇਕ ਮੰਨਿਆ ਇਹਨਾਂ ਦੀ ਰੋਜੀ ਰੋਟੀ ਸੀ, ਇਹਨਾਂ ਦੀ ਰੋਜੀ ਰੋਟੀ ਬੰਦ ਹੋ ਗਈ ਹੈ। ਉਹ ਕਹਿੰਦੇ ਜਦੋਂ ਲੀਡਰ ਨੇ ਵੋਟ ਮੰਗਣੇ ਬੂਹਾ ਖੜਕਾਇਆ ਜਾਂਦਾ, ਹੱਥ ਜੋੜੇ ਜਦੋਂ ਬਣ ਜਾਂਦੇ, ਮੁੜ ਕੇ ਕਿਸੇ ਦੀ ਹਾਲ ਨਹੀਂ ਪੁੱਛਦੇ। ਇਹ ਤੇ ਸਰ ਸਾਡੇ ਮੇਰੇ ਦਾਦਾ ਜੀ ਨੇ ਦਸਾਇਆ ਜੀ, ਤੁਹਾਨੂੰ ਪਤਾ ਹੀ ਹੈ ਦਾਦਾ ਜੀ ਦੇ ਬੈਡਰੂਮ ਤੱਕ ਲੋਕ ਆ ਜਾਂਦੇ ਸੀ, ਆਪਾਂ ਕਦੀ ਇੱਦਾਂ ਦਾ ਆਪਾਂ ਸੇਵਾ ਕਰਨ ਆਏ ਜੀ, ਰਾਜ ਕਰਨੀ ਹੈ। ਕਿੰਨੇ ਲੀਡ ਨਾਲ ਜਾਓਗੇ? ਸਰ 30,000 ਚੈਲੇਂਜ ਬਹੁਤ ਮਿਹਨਤ ਕੀਤੀ, ਸਾਰਿਆਂ ਨੇ ਮਿਹਨਤ ਕੀਤੀ ਜੀ। ਇਲੈਕਸ਼ਨ ਐਕਚੁਅਲੀ ਬੁਰਾਈ ਦੇ ਉੱਪਰ ਆਪਾਂ ਸ਼ਾਇਦ ਜਿੱਤ ਕਹਿ ਸਕਦੇ ਹੋ, ਜਲੰਧਰ ਵੈਸਟ ਦੇ ਲੋਕ ਜ਼ਿਆਦਾ ਖੁਸ਼ ਨੇ ਕਿ ਆ ਬੰਦਾ ਗਿਆ ਇਧਰੋਂ, ਇਹਦੇ ਵਾਸਤੇ ਜਲੰਧਰ ਵੈਸਟ ਦੇ ਲੋਕ ਅੱਜ ਜ਼ਿਆਦਾ ਖੁਸ਼ੀਆਂ ਮਨਾਉਣਗੇ ਸਾਡੇ ਨਾਲ ਜ਼ਿਆਦਾ। ਇਹ ਬੈਨਰ ਤਾਂ ਸ਼ੀਤਲ ਅੰਗਰਾਲ ਨੇ ਯੂਜ਼ ਕੀਤਾ ਸੀ, ਬੁਰਾਈ ਪਰ ਅੱਛਾਈ ਕੀ ਜਿੱਤ ਦੀ ਡਾਇਲੋਗ। ਸਰ ਤੁਹਾਨੂੰ ਪਤਾ ਹੀ ਹੈ ਕੌਣ ਬੁਰਾ ਬੁਰਾ ਹੈ ਕੌਣ ਅੱਛਾ, ਸਾਰੀ ਦੱਸਣ ਦੀ ਲੋੜ ਨਹੀਂ, ਬੱਚੇ ਨੂੰ ਪਤਾ ਹੈ ਸਰ। ਉਹ ਬੰਦਾ ਸਰ ਜੋ ਉਹਨੇ ਗੰਦ ਘੋਲਿਆ ਸਾਰੀ ਦੁਨੀਆਂ ਨੂੰ ਪਤਾ ਸਰ। ਸਰ ਬਹੁਤ ਖੁਸ਼ ਹਾਂ ਜੀ, ਸਾਰੇ ਪਰਿਵਾਰ 'ਚ ਬਹੁਤ ਖੁਸ਼ੀ ਹੈ, ਜਲੰਧਰ ਵੈਸਟ 'ਚ ਬਹੁਤ ਖੁਸ਼ੀ ਹੈ, ਹਰ ਪਾਸੇ ਤਿਆਰੀਆਂ ਦਾ ਦੌਰ ਚੱਲ ਰਿਹਾ ਜੀ। ਹੁਣ ਆਪਾਂ ਜਨਤਾ ਦੀ ਸੇਵਾ ਕਰਨੀ ਜੀ, ਅਗਲੇ 2.5 ਸਾਲ ਸਾਡਾ ਇਹ ਸੰਕਲਪ ਹੈਗਾ ਕਿ ਜਲੰਧਰ ਵੈਸਟ ਨੂੰ ਬੈਸਟ ਬਣਾਉਣਾ।
ਰਾਖੀ ਸਾਵੰਤ ਆਈ ਕੁਛ ਵੀ ਬੋਲ ਸਕਦੇ ਪੱਕੀ ਗੱਲ ਹੈ ਜੀ ਪੱਕੀ ਗੱਲ ਸਰ ਇਹੀ ਉਹਦਾ ਰਾਜਨੀਤੀ ਏਦਾਂ ਹੀ ਹੈ ਪ੍ਰੋਪਗੰਡਾ ਬੇਸ ਰਾਜਨੀਤੀ ਹੈ ਡਿਵੈਲਪਮੈਂਟ ਬੇਸ ਰਾਜਨੀਤੀ ਨਹੀਂ ਹੈਗੀ ਜੋ ਕਿ ਸਾਡੇ ਪਰਿਵਾਰ ਦੀ ਆਪਾਂ ਡਿਵੈਲਪਮੈਂਟ ਕਰਦੇ ਹਾਂ ਜ਼ਿਆਦਾ ਬੋਲਦੇ ਨਹੀਂ ਹੈਗੇ ਸਭ ਤੋਂ ਪਹਿਲਾਂ ਕਿਹੜੇ ਮੁੱਦੇ ਤੇ ਹੱਲ ਕੀਤਾ ਜਾਵੇ ਸਰ ਮੇਨ ਮੁੱਦਾ ਜੀ ਸੀਵਰੇਜ ਦਾ ਤੇ ਜਿਹੜਾ ਨਸ਼ਾ ਦਾ ਹੈਗਾ ਬਹੁਤ ਬਹੁਤ ਗੰਦ ਪੈ ਗਿਆ ਸਰ ਉਹ ਆਪਾਂ ਇਹਨਾਂ ਦੀਆਂ ਪਹਿਲੇ ਫੈਕਟਰੀਆਂ ਬੰਦ ਕਰਾਉਣੀਆਂ ਨਸ਼ੇ ਦੀਆਂ ਫੈਕਟਰੀਆਂ ਚੱਲਦੀਆਂ ਹਾਂਜੀ ਬਿਲਕੁਲ ਸਰ ਬਿਲਕੁਲ ਜੀ